ਸਾਰਿਆਂ ਦੇ ਇੱਕ ਸਿੰਘ ਸਾਹਿਬ ਨੇ ਪ੍ਰਿੰਸੀਪਲ ਸਤਬੀਰ ਸਿੰਘ ਦੀਆਂ ਕਿਤਾਬਾਂ ਪੜ੍ਹ ਕੇ ਆਖਿਆ ਸੀ ਦੋਵੇਂ ਪ੍ਰਵਾਨ ਨੇ ਗੁਰਪੁਰ ਸਾਹਿਬ ਤੱਕ ਵੀ ਪ੍ਰਵਾਨ ਨੇ ਨਾਨਕ ਕੋਸੀ ਵੀ ਸਿੰਘ ਪਰ ਜਿਹੜਾ ਦੂਜਾ ਭਜਨ ਬਾਬਾ ਜੀ ਨੇ ਕੀਤਾ ਮੈਨੂੰ ਬੜਾ ਵਜਿਆ ਬਹੁਤ ਵਜਿਆ ਪਹਿਲਾਂ ਵਿਆਹ ਕੀਤਾ ਵੀ ਗੁਰਪੁਰ ਸਾਹਿਬ ਤੱਕ ਨੰਗੀ ਤਲਵਾਰ ਹੈ ਜਾਂ ਪਾਤਸ਼ਾਹ ਚ ਇਹਦੀ ਮਿਆਨ ਹੈ ਮਿਆਨ ਨਾਲ ਚਾਹੀਦੀ ਤੇ ਜਿਹੜਾ ਦੂਜਾ ਭਜਨ ਕੀਤਾ ਬਾਬਾ ਜੀ ਕਹਿੰਦੇ ਭੋਲਿਆ ਤੂੰ 1.25 ਲੱਖ ਜਾਪ ਗੁਰਮੰਤਰ ਦਾ ਮੂਲ ਮੰਤਰ ਦਾ ਕੀਤਾ ਗੁਰਪੁਰ ਸਾਹਿਬ ਤੱਕ ਤੇਰਾ ਮਨ ਨਹੀਂ ਦੁਖਿਆ ਜੀ ਉਹ ਕਿਉਂ ਦੁਖੇ ਬਾਬਾ ਜੀ ਕਹਿੰਦੇ ਤੂੰ ਗੁਰੂ ਨਾਨਕ ਨੂੰ ਵਿੱਚੋਂ ਕੱਢ ਹੀ ਦਿੱਤਾ ਗੱਲ ਮੇਰੇ ਵੱਡੀ ਬੜੀ ਬਾਬਾ ਜੀ ਕਹਿੰਦੇ ਨਿਰੰਕਾਰ ਜਦੋਂ ਵੀ ਮਿਲੇਗਾ ਮਿਲੇਗਾ ਗੁਰੂ ਨਾਨਕ ਦੇ ਸਦਕੇ ਹੀ ਮਿਲੇਗਾ ਉਹਦੇ ਸਦਕੇ ਜਪਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਕੱਢੀ ਸਿੱਧਾ ਹੀ ਕਹਿੰਦਾ ਮੇਰਾ ਨਿਰੰਕਾਰ ਉਹਨੂੰ ਵਿੱਚ ਲਿਆ ਹੀ ਨਹੀਂ ਗੁਰੂ ਨਾਨਕ ਇਹ ਮੈਨੂੰ ਵੱਜੀ ਗਿਆ ਜੀ ਕੀ ਹੁਕਮ ਹੈ ਬਾਬਾ ਜੀ ਕਹਿੰਦੇ 1.25 ਲੱਖ ਹੋਰ ਜਾਪ ਕਰਦੇ ਹੁਣ ਉੱਥੋਂ ਤੱਕ ਉਹਨੇ ਸਾਧ ਸੰਗਤ ਜੀ ਹਾਜ਼ਰੀ ਲਾਈ 1.25 ਲੱਖ ਜਾਪ ਦੀ ਨਾਨਕ ਸੀ ਵੀ ਸੱਚ ਤੱਕ ਮੈਂ ਦਿਨ ਨਹੀਂ ਬੋਲਦਾ ਉੱਥੇ 40 ਕ ਲੈ ਜਾ ਸਾਨੂੰ ਦਿਨਾਂ ਨਾਲ 40 ਚ ਹੋ ਜਾਵੇ 50 ਚ ਹੋ ਜਾਵੇ ਪਰ ਜਿਹੜੇ ਇਹੋ ਜਿਹੇ ਬੈਨ ਲਾਉਂਦੇ ਨੇ ਵਧਾਈਆਂ ਦੇ ਪਾਤਰ ਮੁਬਾਰਕ ਇੱਕ ਮਿੰਟ ਲਈ ਕੋਈ ਨਾ ਉਲਟੇ ਮੇਰੀ ਵੀ ਆਪਣੀ ਵੀ ਬੇਨਤੀ ਕਰ ਅਜੇ ਥੋੜਾ ਜਿਹਾ ਜੇਕਰ ਅੱਗੇ ਹੈ ਜਿਹੜਾ 7ਵੇਂ ਜਾਪ ਤੇ ਉਹਨੇ ਆਖਿਆ ਫਿਰ ਮੇਰਾ ਮਹਾਰਾਜ ਚਲਾਵੇ ਕਿਵੇਂ ਚੱਲਿਆ 7ਵੀਂ ਵਸਤਾ ਅਨਾਦ ਨਾਲ 1.25 ਲੱਖ ਜਾਪ ਉਹਨੇ ਫੇਰ ਲਾਈ ਹਜੇ ਬਾਕੀ ਰੁਝੇਵੇਂ ਘਟਾਤੇ ਕਹਿੰਦੇ ਕਰੀ ਕਦ ਨਾਨਕ ਆਵੇ ਮਾਰੀ ਕਦ ਨਾਨਕ ਆਵੇ ਮਾਰੀ ਕਦ ਨਾਨਕ ਆਵੇ ਮਾਰੀ ਨਾਨਕ ਆਵੇ ਮਾਰੀ ਕਦ ਨਾਨਕ ਆਵੇ ਮਾਰੀ ਅੱਛੇ ਭੈਣੋ ਕਰਮ ਹੀ ਕਰੇ ਬੇਨਤੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਨਾਨਕ ਆਵੇ ਵਾਰੀ ਗੱਜ ਕੇ ਆਖ ਸਤਿ ਜੀ ਉਹਨੇ 1.25 ਲੱਖ ਜਾਪ ਹਵੇਲੀ ਲੱਖਾਂ ਦਾ ਗੁਰਦੇਵ ਸਿੰਘ ਨੇ ਹਾਜ਼ਰੀ ਲਾਈ ਤੇ ਆਇਆ ਫਿਰ ਬਾਬਾ ਜੀ ਆਪ ਜੀ ਨੇ ਸੇਵਾ ਲਈ ਤੇ ਮਹਾਂਪੁਰਸ਼ ਕਹਿੰਦੇ ਕੀਤਾ 1.25 ਲੱਖ ਜਾਪ ਹਾਜ਼ਰੀ ਲਾਈ 1.25 ਲੱਖ ਜਾਪ ਦੀ ਕਹਿੰਦੇ ਜੀ ਹਾਂਜੀ ਹੁਣ ਇਹ ਤੁਹਾਡੇ ਸੁਣਨ ਨਾਲ ਵਜਨ ਜੇ ਬਾਬਾ ਜੀ ਕਹਿੰਦੇ ਕਿਵੇਂ ਕੀਤਾ ਕਿਵੇਂ ਕੀਤਾ ਕਹਿੰਦਾ ਜੀ ਉੱਚੀ ਉੱਚੀ ਬੋਲ ਕੇ ਕਰਦਾ ਸਾਂ ਜਦੋਂ ਥੱਕ ਜਾਂਦਾ ਸਾਂ ਤੇ ਫਿਰ ਮੈਂ ਮੂੰਹ ਚ ਕਰਦਾ ਸਾਂ ਮੂਲ ਮੰਤਰ ਜਾਪ ਉੱਚੀ ਉੱਚੀ ਬੋਲ ਕੇ ਕਰਦਾ ਸਾਂ ਤੇ ਥੱਕ ਜਾਂਦਾ ਸਾਂ ਫਿਰ ਮੂੰਹ ਚ ਕਰਦਾ ਸਾਂ ਹੁਣ ਗੁਣ ਲਿਓ ਮਹਾਂਪੁਰਸ਼ਾਂ ਨੇ ਵਚਨ ਕੀਤਾ
ਕਹਿੰਦੇ ਉੱਚੀ ਉੱਚੀ ਬੋਲ ਕੇ ਕਰੀਏ ਇੱਕ ਵਾਰੀ ਦਾ ਇੱਕ ਵਾਰੀ ਮਹਾਤਮ ਬੁੱਲ ਹਿੱਲਣ ਦੂਜੇ ਨੂੰ ਜਾਪੇ ਬੁੱਲ ਹਿੱਲ ਰਹੇ ਨੇ ਆਵਾਜ਼ ਨਾ ਆਵੇ ਦਸ ਗੁਣਾ ਮਾਰਨਾ ਇਹ ਬਾਬਾ ਆਨੰਦ ਸਿੰਘ ਦੇ ਬੱਚੇ ਨੇ ਕਹਿੰਦੇ ਸੀ ਬੁੱਲ ਵੀ ਨਾ ਹੁੱਲਣ ਕੇਵਲ ਜੀਵ ਸੌ ਗੁਣਾ ਮਾਰਨਾ ਕਹਿੰਦੇ ਹਿਰਦੇ ਚ ਚੱਲ ਪਵੇ ਯਾਰ ਗੁਣਾ ਮਾਰਨਾ ਬਾਬਾ ਜੀ ਕਹਿਣ ਲੱਗੇ ਸ਼ਾਬਾਸ਼ ਜਿਵੇਂ ਵੀ ਹਾਜ਼ਰੀ ਲਾਈ ਸ਼ਾਬਾਸ਼ ਹੱਥ ਜੋੜ ਕੇ ਕਹਿਣ ਲੱਗਾ ਬਾਬਾ ਜੀ ਮੇਰਾ ਅਨਹਦ ਨਾਦ ਚਲਾ ਦਿਓ ਆਖੋ ਸਤਨਾਮ ਅਸਿਮਰਨ ਦੀ ਸੱਤਵੀਂ ਅਵਸਥਾ ਅਨਹਦ ਨਾਦ ਮੇਰਾ ਵੀ ਚਲਾ ਦਿਓ ਬਾਬਾ ਜੀ ਨੇ ਆਖਿਆ ਹੁਣ ਸੁਣਨ ਵਾਲਾ ਬਚਨ ਜੇ ਤਿੰਨ ਘੰਟੇ ਰੋਜ਼ ਆ ਜਪ ਤਪ ਸਿਮਰਨ ਨਹੀਂ ਛੱਡਣਾ ਤੇ ਅਰਦਾਸ ਕਰੀ ਗੁਰੂ ਨਾਨਕ ਆਪੇ ਝੋਲੀ ਚ ਪਾ ਦੇ ਹੁਣ ਇਹ ਬਚਨ ਮੈਨੂੰ ਬੜੇ ਚੰਗੇ ਲੱਗੇ ਤੁਹਾਨੂੰ ਚੰਗੇ ਲੱਗਣ ਤੇ ਲਿਖ ਲਓ ਹਿਰਦੇ ਤੇ ਬਾਬਾ ਜੀ ਕਹਿੰਦੇ ਜਿਹੜਾ ਤਿੰਨ ਘੰਟੇ ਨਾਮ ਸਿਮਰਨ ਬਾਣੀ ਰੋਜ਼ ਕਰਦਾ ਜਿਵੇਂ ਲੜਕੀ ਨੂੰ ਮਾਂ ਪਿਓ ਸੰਭਾਲਦੇ ਨੇ ਜਗਿਆਸੂ ਰੂਪ ਇਸਤਰੀ ਨੂੰ ਫਿਰ ਗੁਰੂ ਸੰਭਾਲਣ ਲੱਗਦਾ ਤੇ ਬਾਬਾ ਜੀ ਦਾ ਬਚਨ ਧਿਆਨ ਦੇ ਜਿਹੜਾ ਤਿੰਨ ਘੰਟੇ ਰੋਜ਼ ਨਾਮ ਬਾਣੀ ਸਿਮਰਨ ਕਰਦਾ ਬਾਬਾ ਜੀ ਕਹਿੰਦੇ ਜਿਵੇਂ ਲੜਕੀ ਨੂੰ ਮਾਂ ਬਾਪ ਸੰਭਾਲਦਾ ਨਾ ਧੀ ਨੂੰ ਸੰਭਾਲਦੇ ਹੋ ਨਾ ਕਿਵੇਂ ਕਹਿੰਦੇ ਇਸ ਤਰ੍ਹਾਂ ਹੀ ਜਗਿਆਸੂ ਰੂਪੀ ਇਸਤਰੀ ਨੂੰ ਗੁਰੂ ਸੰਭਾਲਣ ਲੱਗ ਪਿਆ ਆਖੋ ਸਤਨਾਮ ਇਹ ਮੇਰੀ ਬੱਚੀ ਬਣ ਗਈ ਇਹ ਜਗਿਆਸੂ ਰੂਪੀ ਇਸਤਰੀ ਇਹ ਹੁਣ ਮੇਰੀ ਬਣ ਗਈ ਇਹ ਲਿਖਿਆ ਉਹਨੇ ਜਦੋਂ ਤੀਜੀ ਵਾਰੀ ਹਾਜ਼ਰੀ ਲਾਈ ਤੇ ਸਾਧ ਸੰਗਤ ਅਨਹਦ ਨਾਦ ਚੱਲ ਪਿਆ ਜਦੋਂ ਬਾਬਾ ਜੀ ਦੇ ਦਰਸ਼ਨ ਕਰਨ ਆਇਆ ਬਾਬਾ ਜੀ ਕਹਿੰਦੇ ਹੁਣ ਇਸ ਤੋਂ ਅਗਲੀਆਂ ਅਵਸਥਾ ਨੇ ਪ੍ਰਤੱਖ ਦਰਸ਼ਨ ਦੀਆਂ ਤੇ ਧਿਆਨ ਰੱਖੀ ਸੰਭਾਲ ਲਈ ਆਖੋ ਸਤਨਾਮ ਅੱਜ ਜਿੰਨੀਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਚ ਆਈਆਂ ਜੇ ਸਿਮਰਨ ਦੀ ਸੱਤਵੀਂ ਅਵਸਥਾ ਅਨਹਦ ਨਾਲ ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰੇ ਮੇਰਾ ਦਿਲ ਕਰਦਾ ਵੀ ਮੈਂ ਬੋਲਾਂ ਬਿਨ ਸਾਵਣ ਘਨ ਹਰ ਗਾਜੇ ਸਾਵਣ ਨਹੀਂ ਆਇਆ ਬਦਲ ਆ ਗਿਆ ਬਾਦਲ ਬਿਨ ਵਰਖਾ ਹੋਈ ਬਦਲ ਨਹੀਂ ਆਏ ਵਰਖਾ ਇਹ ਕੀ ਹੈ ਤਬਲਾ ਨਹੀਂ ਵੱਜ ਰਿਹਾ ਸਾਜ ਨਹੀਂ ਵੱਜ ਰਹੇ ਪਰ ਤੁਹਾਡੇ ਅਨਹਦ ਉਹ ਆਵਾਜ਼ ਵਾਹਿਗੁਰੂ ਦੀ ਧੁਨੀ ਲਗਾਤਾਰ ਚੱਲਦੀ ਰਹੇ ਮਾਇਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰੋ ਮਨ ਮੋਇਓ ਇਹ ਬਾਣੀ ਏ ਅਨਹਦ ਧੁਨੀ ਉਹ ਕਿਹੜੀ ਅਨਹਦ ਧੁਨੀ ਸਤਵਾਂ ਜਾ ਮੇਰੋ ਮਨ ਮੋਹਿਓ ਅਚਰਜ ਤਾਂ ਕੇ ਸਵਾਲ ਆਖੋ ਸਤਨਾਮ ਗੁਰੂ ਤੁਹਾਡੇ ਤੇ ਮੇਰੇ ਤੇ ਕਿਰਪਾ ਕਰੇ ਬਖਸ਼ਿਸ਼ ਕਰੇ ਇਹ ਸਿਮਰਨ ਦੀ ਸੱਤਵੀਂ ਅਵਸਥਾ ਅਨਹਦ ਨਾਦ ਚੱਲ ਪੈਂਦਾ ਹੈ ਬੇਨਤੀ ਕਰੋ ਪਿਤਾ ਜੀ ਸਾਡੇ ਤੇ ਮਿਹਰ ਕਦੋਂ ਹੋਏਗੀ ਸਾਰੇ ਜੀ ਹਰ ਕਿਰਪਾ ਦੇਵੋ ਹਰ ਨਾਮ ਹਰ ਕਿਰਪਾ ਦੇਵੋ ਹਰ ਨਾਮ
ਸੁਖਮਨੀ ਸਾਹਿਬ ਬਹੁਤ ਪੜ੍ਹਦੇ ਐਡੇ ਪ੍ਰਕਰਣ ਦੀ ਨਾ ਨਾ ਕਿਸੇ ਨੂੰ ਪਤਾ ਲੱਗਾ ਹੋਵੇ ਹੁਣ ਮੈਂ ਗਾ ਕੇ ਬੋਲਣਾ ਸੀ ਚਲੋ ਉਸ ਤਰ੍ਹਾਂ ਬੋਲ ਦਿੰਦੇ ਹਾਂ ਸਾਰੇ ਨਾਲ ਬੋਲਿਓ ਨੌ ਨਿਤ ਅੰਮ੍ਰਿਤ ਪ੍ਰਭ ਕਾ ਫਿਰ ਬੋਲੋ ਸਾਰੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਹੁਣ ਅੱਗੋਂ ਪੜਿਓ ਜੀ ਸੱਤਵੀਂ ਵਕਤ ਸੁਨ ਸੰਵਾਦ ਅਨਹਦ ਤੈਂ ਕਹਿਣ ਨਾ ਜਾਈ ਅਚਰਜ ਹੈ ਨਾ ਬਸ ਸੁਮਣੀ ਸਾਹਿਬ ਜੇਕਰ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸੰਵਾਦ ਅਨਹਦ ਤੈਂ ਨਾਦ ਨਾਲ ਚੱਲ ਕਹਿਣ ਨਾ ਜਾਈ ਅਚਰਜ ਬਿਸਮਾਨ ਹੁਣ ਮੇਰਾ ਖਿਆਲ ਤੁਸੀਂ ਅੰਦਰੋਂ ਮੰਗੋਗੇ ਵੀ ਹੈ ਬਾਣੀ ਕਹਿੰਦੀ ਹੈ ਹੈ ਬਸ ਕਰ ਕਿਰਪਾ ਕਿਰਪਾ